ਸਾਸ਼ੀ ਗਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਪੰਜਾਬ ਅੰਦਰ ਇੱਕ ਨਵੀਂ ਰਿਕਰੂਟਮੈਂਟ ਆ ਰਹੀ ਹੈ ਅੱਜ ਹੀ ਪੰਜਾਬ ਪੁਲਿਸ ਦੇ ਅੰਦਰ ਤੇ ਟੋਟਲ ਵੈਕੈਂਸੀ ਆ ਰਹੇ ਨੇ ਜੀ 1450 ਮਣਕੀ ਪੰਜਾਬ ਸਰਕਾਰ ਵੱਲੋਂ ਮਣਕੀ ਦੀਵਾਲੀ ਦੇ ਮੌਕੇ ਤੇ ਇੱਕ ਮਣਕੀ ਤੋਹਫਾ ਸਮਝ ਲਓ ਜੀ ਵੈਕੈਂਸੀਆਂ ਦਾ ਮਣਕੀ ਉਹ ਦਿੱਤਾ ਜਾ ਰਿਹਾ ਜੀ ਕਿ ਜਿਹੜੇ ਨੇ ਦੱਸਿਆ ਗਿਆ ਅੱਜ ਹੀ ਮਣਕੀ ਮਣਕੀ ਟਵੀਟ ਕੀਤਾ ਗਿਆ ਸੀਐਮ ਵੱਲੋਂ ਪੰਜਾਬ ਦੇ ਜਿਹੜੇ ਹੈਗੇ ਜੀ ਉਹਨਾਂ ਨੇ ਦੱਸਿਆ ਕਿ ਜਿਹੜਾ ਦੀਵਾਲੀ ਦੇ ਮੌਕੇ ਤੇ ਤੁਹਾਡੀ ਸਰਕਾਰ ਵੱਲੋਂ ਇੱਕ ਹੋਰ ਤੋਹਫਾ ਜੀ ਕਿ ਦੱਸਿਆ ਕਿ ਅੱਜ ਪੁਲਿਸ ਵਿਭਾਗ ਵਿੱਚ ਮਣਕੀ 1450 ਨਵੀਆਂ ਅਸਾਮ ਕਾਡਰ ਪ੍ਰਤੀਦੀਪਨ ਕੀ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਆ ਜੀ ਤੇ ਮਤਲਬ ਕਿ ਜਲਦੀ ਹੀ ਤੁਹਾਨੂੰ ਥੋੜੇ ਦਿਨ ਤੱਕ ਨੋਟੀਫਿਕੇਸ਼ਨ ਮਿਲ ਜੂਗਾ ਕਿ ਕਿਹੜੀ ਕਿਹੜੀ ਵੈਕੈਂਸੀ ਆ ਰਹੀ ਆ ਠੀਕ ਆ ਵੈਕੈਂਸੀ ਕਾਦੀ ਹੋਊਗੀ ਤੇ ਜਿਹਦੇ ਵਿੱਚ ਮਤਲਬ ਕਿ ਕਨਸਟੇਬਲ ਵੀ ਹੋ ਸਕਦੇ ਆ ਜੀ ਠੀਕ ਆ ਸਬ ਇਨਸਪੈਕਟਰ ਹੋ ਸਕਦਾ ਜਾਂ ਸਿਵਲੈਂਸ ਦੇ ਅੰਦਰ ਹੋ ਸਕਦਾ ਜਾਂ ਟੈਕਨੀਕਲ ਸਪੋਰਟ ਸਰਵਿਸ ਕੇਟਰ ਦੇ ਅੰਦਰ ਵੈਕੈਂਸੀ ਹੋ ਸਕਦੀਆਂ ਨੇ ਜਾਂ ਮਡਕੀ ਇਨਵੈਸਟੀਗੇਸ਼ਨ ਦੇ ਅੰਦਰ ਉਹ ਮਤਲਬ ਕਿ ਤੁਹਾਨੂੰ ਲੋਕੇ ਹੀ ਪਤਾ ਲੱਗੂ ਪੰਜਾਬ ਪੁਲਿਸ ਦੀ ਸਾਈਟ ਤੋਂ ਹੀ ਪਤਾ ਲੱਗੂਗਾ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਆਊਗਾ ਜ ਪੁਮ ਗੰਨ ਮਾਰੀ ਹੈ ਸਰਕਾਰ ਤੇ ਵੱਤਵਾਤ ਰੋਜ਼ਗਾਰ ਦੇ ਦਾੜਾ ਹੈਗਾ ਜੀ ਜਿਹੜਾ ਵਾਦਾ ਪੂਰਾ ਕੀਤਾ ਜਾ ਰਿਹਾ ਜੀ ਤੇ ਬਾਕੀ ਰੋਜ਼ਗਾਰ ਸੁਪਨਾ ਜਿਹਦਾ ਨੌਜਵਾਨਾਂ ਨੂੰ ਹੁੰਦਾ ਕਿ ਸਟੇਟ ਸਰਕਾਰੀ ਨੌਕਰੀ ਸਾਨੂੰ ਮਿਲੇ ਉਹਦੇ ਬੇਸ ਤੇ ਵੀ ਕਹਿ ਰਹੇ ਕਿ ਤੁਹਾਡਾ ਸੁਪਨਾ ਸਰਕਾਰ ਕਰਨਾ ਸਿਰ ਨਵੀਆਂ ਵੈਕੈਂਸੀਆਂ ਹੋਰ ਕੱਢ ਰਹੀਆਂ ਆ ਜੀ ਪੰਜਾਬ ਪੁਲਿਸ ਵਿਭਾਗ ਦੇ ਅੰਦਰ ਤੇ ਜਿਸ ਤੋਂ ਪਤਾ ਲੱਗ ਗਿਆ ਜੀ ਸਾਰਿਆਂ ਨੂੰ ਕਿ ਪੰਜਾਬ ਪੁਲਿਸ ਦੇ ਅੰਦਰ ਨਵੀਂ ਵੈਕੈਂਸੀ ਆ ਰਹੀ ਆ ਜੀ ਤੇ ਟੋਟਲ 450 ਵੈਕੈਂਸੀਆਂ ਹੋਣਗੀਆਂ ਜੀ ਤੇ ਜਿਹਦੇ ਵਿੱਚ ਮਿਲ ਕੀ ਵੱਖ-ਵੱਖ ਕੈਂਟਰ ਦੀਆਂ ਵੈਕੈਂਸੀਆਂ ਹੋ ਸਕਦੀਆਂ ਨੇ ਜੀ ਜਿੱਦਾਂ ਆਪਣ ਕਿ ਪਹਿਲਾਂ ਤੁਹਾਨੂੰ ਪਤਾ ਸਿਵਿਲੀਅਨ ਇਨਵੈਸਟੀਗੇਸ਼ਨ ਹੈਡ ਕਨਸਟੇਬਲ ਇਹਨਾਂ ਦੀਆਂ ਵੈਕੈਂਸੀਆਂ ਹੋਣਗੀਆਂ ਤੇ ਬਾਕੀ ਆ ਕਿ ਤੁਸੀਂ ਸਾਰੇ ਜਣੇ ਆਪਣੀ ਤਿਆਰੀ ਰੱਖੋ ਜੀ ਤੇ ਜਲਦੀ ਹੀ ਕਿ ਤੁਹਾਨੂੰ ਇਹਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜੂਗਾ ਜੀ ਤੇ ਬਾਕੀ ਤੁਸੀਂ ਫੇਸਬੁਕ ਪੇਜ ਜਿਹੜਾ ਹੈਗਾ ਜੀ ਭਗਵੰਤ ਮਾਨ ਦਾ ਮਲੇੜ ਆਪਣੇ ਸੀਮ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਜੀ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਆ ਵੈਕੈਂਸੀ ਆ ਰਹੀ ਹੈ ਜੀ ਪੰਜਾਬ ਪੁਲਿਸ ਦੇ ਅੰਦਰ ਤੇ ਬਾਕੀ ਹੋਰ ਵੀ ਡਿਪਾਰਟਮੈਂਟ ਅੰਦਰ ਵੈਕੈਂਸੀਆਂ ਆ ਰਹੀਆਂ ਨੇ ਗਰੁੱਪ ਸੀ ਡੀ ਦੀਆਂ ਤੇ ਹੋਪ ਆ ਕਿ ਜਲਦੀ ਜਲਦੀ ਨੋਟੀਫਿਕੇਸ਼ਨ ਆਵੇ ਤੇ ਜਲਦੀ ਜਲਦੀ ਪ੍ਰੋਸੈਸ ਸਾਰਾ ਸਟਾਰਟ ਹੋਵੇ ਜੀ